दैनिक सवेरा अंधेरे से उजाले की ओर। फगवाड़ा में बीती रात हुए एक सड़क हादसे में एक व्यक्ति की मौत हो गई, जबकि दूसरा व्यक्ति गंभीर रूप से घायल हो गया। मामले संबंधी जानकारी देते हुए एएसआई सुमंदर सिंह भट्टी ने बताया कि पीसीआर फगवाड़ा के हेड कांस्टेबल चरणजीत सिंह निवासी गांव गंगाचक और बहादुर सिंह निवासी बोहन भट्टी मोटरसाइकिल पर सवार होकर गश्त कर रहे थे कि हुशियारपुर रोड पर आ रही एक तेज रफ्तार कार ने उन्हें जोरदार टक्कर मार दी। हादसे में दोनों मुलाजिम बुरी तरह से जख्मी हो गए, जिन्हें उपचार हेतु सिविल अस्पताल फगवाड़ा में दाखिल करवाया गया। हालत को नाजुक देखते हुए डॉक्टरों द्वारा घायलों को लुधियाना डीएमसी रेफर कर दिया गया, जहां चरणजीत सिंह की मौत हो गई। पुलिस द्वारा अज्ञात कार चालक के खिलाफ मामला दर्ज कर उसकी तलाश शुरू कर दी गई है। ਇਸ ਮਨਜੀਤ ਸਿੰਘ ਅਤੇ ਇਹਦੇ ਨਾਲ ਕੁਲਦੀਪ ਸਿੰਘ ਸੀਗਾ, ਇਹ ਸਰਕਾਰੀ ਮੋਟਰਸਾਈਕਲ 'ਤੇ ਸੀ, ਅਤੇ ਦੂਸਰਾ ਚਰਨਜੀਤ ਸਿੰਘ ਅਤੇ ਬਹਾਦਰ ਸਿੰਘ ਜਿਹੜੇ ਇਹ ਇਹਨਾਂ ਦਾ ਆਪਣਾ ਪ੍ਰਾਈਵੇਟ ਮੋਟਰਸਾਈਕਲ ਸੀਗਾ। ਡਿਊਟੀ 'ਤੇ ਗਸ਼ਤ ਕਰਦੇ ਹੋਏ ਜਦੋਂ ਇਹ ਹੁਸ਼ਿਆਰਪੁਰ ਰੋਡ 'ਤੇ ਜਾਂਦੇ ਸੀ ਅਤੇ ਇਹ ਪੁੱਜੇ ਆ ਮਹੱਲਾ ਧਰਮਕੋਟ, ਉੱਥੋਂ ਇੱਕ ਪਿੱਛਿਓਂ ਇੱਕ ਕਾਰ ਬੜੀ ਤੇਜ਼ ਰਫ਼ਤਾਰ ਨਾਲ ਆਈ, ਇੰਡੀਗੋ ਗ੍ਰੇ ਕਲਰ ਸੀ ਉਹਦਾ। ਉਹਨੇ ਜਿਹੜਾ ਚਰਨਜੀਤ ਦੇ ਮੋਟਰਸਾਈਕਲ ਦੇ ਪਿੱਛੇ ਉਹਨੇ ਹਿੱਟ ਕੀਤਾ, ਜਿਹੜਾ ਬੜੀ ਫਾਸਟ ਕਾਰ ਸੀਗੀ ਔਰ ਇਹ ਡਿੱਗ ਪਏ। ਡਿੱਗਣ ਦੇ ਨਾਲ ਇਹਦੇ ਜਿਹੜਾ ਚਰਨਜੀਤ ਇਹਦੀ ਖੱਬੀ ਲੱਤ ਚਕਣਾ ਚੂਰ ਹੋ ਗਈ, ਹੋਰ ਵੀ ਗੁੱਝੀਆਂ ਸੱਟਾਂ ਲੱਗੀਆਂ, ਅਤੇ ਬਹਾਦਰ ਸਿੰਘ ਦਾ ਚੂੜਾ ਅਤੇ ਸਿਰ 'ਤੇ ਵਿੱਚ ਸੱਟ ਲੱਗੀ। ਇਹਨਾਂ ਨੂੰ ਨਾਜ਼ੁਕ ਹਾਲਤ ਵਿੱਚ ਸਿਵਲ ਹਸਪਤਾਲ ਦਾਖਲ ਕਰਾਇਆ। ਦਾਖਲ ਕਰਾਉਣ 'ਤੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਨਾਜ਼ੁਕ ਹਾਲਤ ਦੇਖ ਕੇ DMC ਲੁਧਿਆਣਾ ਰੈਫਰ ਕਰ ਦਿੱਤਾ, ਜਿੱਥੇ ਚਰਨਜੀਤ ਸਿੰਘ ਦੀ ਜਾਂਦੇ ਦੀ ਡੈਥ ਹੋ ਗਈ ਆ, ਅਤੇ ਬਹਾਦਰ ਸਿੰਘ ਜਿਹੜਾ ਜੇਰੇ ਇਲਾਜ ਚੱਲ ਰਿਹਾ, ਮੁਕੱਦਮਾ ਦਰਜ ਕਰ ਦਿੱਤਾ, ਤਫਤੀਸ਼ ਜਾਰੀ ਆ।